वेलकम बैक मैं मनवीर कौर कुछ दिन ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਖਾਲਿਸਤਾਨ ਦੇ ਉੱਤੇ ਜਿਹਦੇ ਉੱਤੇ ਜਿਹਦੇ ਵਿੱਚ ਮੈਂ 1940 ਤੋਂ ਲੈ ਕੇ 2022 ਤੱਕ ਦਾ ਇੱਕ ਇੱਕ ਪ੍ਰੋਪਰ ਐਕਸਪਲੇਨ ਕੀਤਾ ਸੀ ਜੋ ਘਟਨਾਵਾਂ ਵਾਪਰੀਆਂ ਸੀ ਪ੍ਰੋਪਰਲੀ ਹਿਸਟਰੀ ਬੇਸਡ ਤੱਥਾਂ ਤੇ ਅਧਾਰਿਤ ਉਹ ਵੀਡੀਓ ਸੀ ਅੱਜ ਦੀ ਵੀਡੀਓ ਨੂੰ ਤੁਸੀਂ ਉਸੇ ਹੀ ਵੀਡੀਓ ਦੀ ਕੰਟੀਨਿਊਏਸ਼ਨ ਸਮਝ ਸਕਦੇ ਹੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਅੰਤਰਰਾਸ਼ਟਰੀ ਪੱਧਰ ਤੇ ਨਾਰਦਰਨ ਅਮਰੀਕਨ ਕੰਟਰੀਜ਼ ਦੇ ਵਿੱਚ ਯੂਰਪ ਦੇ ਵਿੱਚ 6 ਫਾਰ ਜਸਟਿਸ ਗੁਰਪ੍ਰਤਵੰਤ ਸਿੰਘ ਪੰਨੂ ਦੀਆਂ ਐਕਟੀਵਿਟੀਆਂ ਔਰ ਪੰਜਾਬ ਦੇ ਵਿੱਚ ਦੋ ਇਦਾਂ ਦੇ ਚਿਹਰੇ ਨੇ ਸਿਮਰਨਜੀਤ ਸਿੰਘ ਮਾਨ ਐਂਡ ਅਮਰਿਤਪਾਲ ਸਿੰਘ ਇਹਨਾਂ ਦੀਆਂ ਐਕਟੀਵਿਟੀਆਂ ਨੂੰ ਆਪਾਂ ਕਲੱਬ ਕਰਕੇ ਕਿ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਐਟ ਥਿਸ ਵੈਰੀ ਮੂਵਮੈਂਟ ਖਾਲਿਸਤਾਨ ਦੀਆਂ ਕਿਹੜੀਆਂ-ਕਿਹੜੀਆਂ ਐਕਟੀਵਿਟੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਖਾਲਿਸਤਾਨ ਇੱਕ ਪੋਲੀਟੀਕਲ ਸੰਕਲਪ ਹੈ ਔਰ ਪੋਲੀਟੀਕਲ ਸੰਕਲਪ ਦਾ ਇੱਕ ਪੋਲੀਟੀਕਲ ਐਨਾਲਿਸਿਸ ਕਰਨ ਦੀ ਹੀ ਮੇਰੀ ਇੱਥੇ ਕੋਸ਼ਿਸ਼ ਹੈ ਇਹਦੇ ਵਿੱਚ ਧਰਮ ਦਾ ਪ੍ਰਸਪੈਕਟਿਵ ਜਿਹੜਾ ਉਹ ਨਹੀਂ ਹੈ ਇਹਦੇ ਵਿੱਚ ਸਿਰਫ ਔਰ ਸਿਰਫ ਪੋਲਿਟੀਕਲ ਪ੍ਰਸਪੈਕਟਿਵ ਤੋਂ ਆਪਾਂ ਇਹਨੂੰ ਇਹਨੂੰ ਦੇਖਾਂਗੇ ਆਪਣੇ ਲਈ ਜਾਨਣਾ ਬਹੁਤ ਜ਼ਰੂਰੀ ਹੈ ਕਿ ਜਿਹੜੀਆਂ ਖਾਲਿਸਤਾਨ ਐਕਟੀਵਿਟੀਆਂ ਚੱਲ ਰਹੀਆਂ ਨੇ ਆਪਣੇ ਸਾਹਮਣੇ ਜਿਹੜੀ ਗੁਰਪਤਵੰਨ ਸਿੰਘ ਪੰਨੂ ਦੀ ਚੱਲ ਰਹੀ ਆ 6 ਫਾਰ ਜਸਟਿਸ ਦੀ ਨਾਲ ਹੀ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦੇ ਬਿਆਨ ਜਿਹੜੇ ਆ ਉਹ ਦਿਖਾਉਂਦੇ ਨੇ ਕਿ ਉਹ ਅੱਜ ਵੀ ਖਾਲਿਸਤਾਨ ਦੇ ਉੱਤੇ ਅੜੇ ਨੇ ਆ ਹਿਸਟਰੀ ਸਿਮਰਨਜੀਤ ਸਿੰਘ ਮਾਨ ਦੀ ਆਪਾਂ ਚੈੱਕ ਕਰ ਲਈਏ ਹਿਸਟਰੀ ਦੇ ਵਿੱਚ ਵੀ ਆਪਾਂ ਦੇਖੀਏ ਤਾਂ ਸਿਮਰਨਜੀਤ ਸਿੰਘ ਮਾਨ ਨੇ ਕੋਈ ਜ਼ਿਆਦਾ ਅਚੀਵ ਕਾਂਕ ਸੰਕਲਪ ਦੇ ਲਈ ਕਦੀ ਨਹੀਂ ਕੀਤੀ ਹੈਗੀ ਪਰ ਉਹਨਾਂ ਦੇ ਜਿਹੜੇ ਬਿਆਨ ਸੀ ਉਹ ਬਹੁਤ ਸਟਰੋਂਗ ਸੀ ਔਰ ਉਹਨਾਂ ਨੇ ਪੁੱਗਤਿਆ ਵੀ ਹੈ ਜੇਲ੍ਹਾਂ ਦੇ ਵਿੱਚ ਜਸਟ ਬਿਕੋਜ਼ ਆਫ ਇਦਾਂ ਦੇ ਨਾਰੇ ਜਿਹੜੇ ਖਾਲਿਸਤਾਨ ਦੇ ਪੱਖ ਦੇ ਵਿੱਚ ਉਹਨਾਂ ਨੇ ਹਮੇਸ਼ਾ ਹੀ ਆਵਾਜ਼ ਉਠਾਈ ਔਰ ਨਾਲ ਹੀ ਪੰਜਾਬ ਦੇ ਵਿੱਚ ਜੋ ਦੁਬਈ ਤੋਂ ਐਂਟਰੀ ਹੋਈ ਆ ਜਿਨੇ ਆ ਕੇ ਅਮ੍ਰਿਤਪਾਲ ਸਿੰਘ ਉਹਦਾ ਨਾਮ ਹੈ ਔਰ ਉਹਨੇ ਆ ਕੇ ਸੰਤ ਪਿੰਡਰ ਵਾਲਿਆਂ ਦਾ ਅਵਤਾਰ ਜਿਹੜਾ ਆ ਉਹਨੂੰ ਅਡਾਪਟ ਕੀਤਾ ਉਹਨਾਂ ਵਰਗੇ ਚਾਲ ਟਾਲ ਉਹਨਾਂ ਵਾਂਗੂ ਹੀ ਸਿੱਧੀਆਂ ਗੱਲਾਂ ਉਹਨਾਂ ਵਾਂਗੂ ਬਹੁਤ ਜ਼ਿਆਦਾ ਔਨੈਸਟੀ ਐਂਡ ਸੂਰਬੀਰਤਾ ਦਾ ਪ੍ਰਗਟਾਵਾ ਐਂਡ ਸ਼ਸਤਰਾਂ ਦੀਆਂ ਗੱਲਾਂ ਸੀਸ ਦੇਣ ਦੀਆਂ ਗੱਲਾਂ ਐਂਡ ਸਿੱਖ ਗੁਲਾਮ ਨੇ ਉਹ ਸੇਮ ਨੈਰੇਟਿਵ ਜਿਹੜਾ ਇੱਕ ਤਰ੍ਹਾਂ ਦਾ ਉਹ ਸ਼ੁਰੂ ਕਰਨ ਦੀ ਕੋਸ਼ਿਸ਼ ਦੇ ਵਿੱਚ ਐ ਹੁਣ ਆਪਾਂ ਸਭ ਤੋਂ ਪਹਿਲਾਂ ਤਿੰਨਾਂ ਹੀ ਕਰੈਕਟਰ ਜਿਹੜੇ ਗੁਰਪਤਵੰਨ ਸਿੰਘ ਪੰਨੂ ਸਿਮਰਜੀਤ ਸਿੰਘ ਮਾਨ ਐਂਡ ਅੰਮ੍ਰਿਤਪਾਲਾ ਇਹਨਾਂ ਤਿੰਨਾਂ ਦੀ ਕਾਲੇਸਤਾਨ ਪ੍ਰਤੀ ਅਪਰੋਚ ਕੀ ਐ ਇਕ ਕਿਸ ਕਿਹੜੇ ਸ਼ਬਦਾਂ ਦੇ ਵਿੱਚ ਖਾਲਿਸਤਾਨ ਲੈਣਾ ਚਾਹੁੰਦੇ ਨੇ ਕਿਹੜੀ ਇਹਨਾਂ ਦੀ ਇੱਕ ਪਹੁੰਚ ਨਜ਼ਰ ਆਉਂਦੀ ਔਰ ਕੀ ਪ੍ਰਭਾਸ਼ਿਤ ਕਰਦੇ ਨੇ ਕੀ ਇਹਨਾਂ ਦੇ ਐਕਸ਼ਨ ਨੇ ਉਹਨਾਂ ਨੂੰ ਇੱਕ ਵਾਰੀ ਸਮਝਣ ਦੀ ਕੋਸ਼ਿਸ਼ ਕਰਾਂਗੇ ਗੁਰਪਤਵੰਨ ਸਿੰਘ ਪੰਨੂ ਹਾਈਲੀ ਡੈਮੋਕਰੈਟਿਕ ਢੰਗ ਦੇ ਨਾਲ ਖਾਲਿਸਤਾਨ ਹਾਸਲ ਕਰਨਾ ਚਾਹੁੰਦਾ ਥਰੂ ਰੈਫਰੈਂਡਮ ਵੋਟਾ ਪਾ ਕੇ ਕੰਪਲੀਟਲੀ ਨਾਨ ਵਾਇਲੈਂਟ ਡੈਮੋਕਰੈਟਿਕ ਐਂਡ ਨਾਨ ਵਾਇਲੈਂਟ ਉਹਦੇ ਆਪਣੇ ਬਿਆਨ ਨੇ ਕਿ ਉਹ ਬੁਲੇਟ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਉਹ ਬੈਲਟ ਦੇ ਵਿੱਚ ਵਿਸ਼ਵਾਸ ਕਰਦੇ 6 ਫਾਰ ਜਸਟਿਸ ਜਿਹੜੀ ਜਥੇਵੰਦੀ ਹੈ ਗੁਰਪਤਵੰਨ ਸਿੰਘ ਪੰਨੂ ਦੀ ਉਹ ਚਾਹੇ ਭਾਰਤ ਦੇ ਵਿੱਚ ਬੈਂਡ ਹੈ ਉਹਦੇ ਉਹਦੇ ਤੇ ਅੱਤਵਾਦੀ ਟੈਗ ਲੱਗਾ ਹੋਇਆ ਪਰ ਇੰਟਰਪੋਲ ਨੇ ਰੀਸੈਂਟਲੀ ਉਹ ਅੱਤਵਾਦੀ ਟੈਗ ਜਿਹੜਾ ਗੁਰਪਤਵੰਨ ਸਿੰਘ ਪੰਨੂ ਤੇ ਆ ਉਹਦੇ ਤੇ ਰੈਡ ਕਾਰਨਰ ਨੋਟਿਸ ਕੱਢਣ ਤੋਂ ਮਨਾ ਕਰ ਦਿੱਤਾ ਔਰ ਇਹ ਇੱਕ ਕੰਪਲੀਟਲੀ ਅਲੱਗ ਵੀਡੀਓ ਦਾ ਹਿੱਸਾ ਹੈ ਲੇਕਿਨ ਗੁਰਪਤਵੰਨ ਸਿੰਘ ਪੰਨੂ ਇੱਕ ਪਪੂਲੈਰਿਟੀ ਗੇਨ ਕਰਨ ਦੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਹੋਇਆ ਤੇ ਉਹਨੇ ਲੋਕਾਂ ਦਾ ਇਸ ਪਾਸੇ ਨੂੰ ਵਿਸ਼ਵਾਸ ਲਿਆਂਦਾ ਹੈ ਕਿ ਖਾਲਿਸਤਾਨ ਅਚੀਵ ਕਰਨ ਦੇ ਲਈ ਡੈਮੋਕਰੈਟਿਕ ਐਂ ਏਚ ਅਚੀਵਮੈਂਟ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾ ਸਕਦੀ ਹੈ ਹੁਣ ਅਥੇ ਗੁਰਪਤਵੰਨ ਸਿੰਘ ਪੰਨੂ ਜਿਹੜੀਆਂ ਗੱਲਾਂ ਉਹਦੀਆਂ ਅਗਰ ਆਪਾਂ ਦੇਖੀਏ ਤਾਂ ਉਹ ਯੂਨਾਈਟਿਡ ਨੇਸ਼ਨ ਤੱਕ ਅੱਗੇ ਇਸ ਰੀਫਰੈਂਡਮ ਨੂੰ ਲਿਆ ਕੇ ਪ੍ਰੋਪਰ ਉਹਨਾਂ ਨੂੰ ਲੱਗਦਾ ਹੈ ਕਿ ਪਾਕਿਸਤਾਨ ਨੂੰ ਅਪਰੋਚ ਕਰ ਲਾਂਗੇ ਚਾਈਨਾ ਨੂੰ ਅਪਰੋਚ ਕਰ ਲਾਂਗੇ ਈਵਨ ਤਾਲਿਬਾਨ ਨੂੰ ਵੀ ਅਪਰੋਚ ਕੀਤਾ ਤਾਂ ਇੱਕ ਪ੍ਰੋਪਰ ਦੇਸ਼ ਜਾਂ ਮੁਲਕ ਜਿਹੜਾ ਸਿੱਖਾਂ ਲਈ ਬਣ ਸਕਦਾ ਆ ਉਹਦੀ ਇੱਕ ਆਪਣੀ ਸੋਚ ਹੈ ਸਿਮਰਨਜੀਤ ਸਿੰਘ ਮਾਨ ਆਪਣੇ ਭਾਰਤ ਦੇ ਐਮਪੀ ਨੇ ਸੰਗਰੂਰ ਜਿਮਨੀ ਚੋੜਾ ਜੋ ਜਿੱਤੇ ਸੀਗੇ ਉਹਨਾਂ ਦੀ ਅਪਰੋਚ ਵੀ ਲਗਭਗ ਗੁਰਪਤਵੰਤ ਸਿੰਘ ਪੰਨੂ ਵਾਂਗੂ ਸੇਮ ਹੈ ਹਾਈਲੀ ਡੈਮੋਕਰੇਟਿਕ ਹੈ ਐਂਡ ਟੋਟਲੀ ਨਾਨ ਵਾਇਲੈਂਟ ਉਹ ਆਪਣੇ ਮੂੰਹੋਂ ਕਹਿੰਦੇ ਨੇ ਕਿ ਅਸੀਂ ਵਾਇਲੈਂਸ ਦਾ ਸਾਥ ਨਹੀਂ ਦੇਵਾਂਗੇ ਨਾਲ ਹੀ ਸਿਮਰਨਜੀਤ ਸਿੰਘ ਮਾਨ ਭਾਰਤੀ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਅੰਦਰ ਰਹਿ ਕੇ ਇੱਕ ਖਾਲਿਸਤਾਨ ਜਿਹੜਾ ਉਹ ਬਣਾਉਣ ਦੀ ਉਹਨਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਲੱਗਦੀਆਂ ਹਨ ਜੰਮੂ ਕਸ਼ਮੀਰ ਦੀ ਗੱਲ ਕਰਦੇ ਨੇ ਕਾਸ ਤੌਰ ਤੇ ਜੋ ਸਿਮਰਨਜੀਤ ਸਿੰਘ ਮਾਨ ਦੇ ਹਰ ਬਿਆਨ ਦੇ ਵਿੱਚ ਗੱਲ ਆਉਂਦੀ ਆਉਂਦੀ ਆ ਉਹ ਹੈ ਕਿ ਇੰਟਰਨੈਸ਼ਨਲ ਲੈਵਲ ਦੀ ਗੱਲ ਜਿਵੇਂ ਕਿ ਉਹਨਾਂ ਨੇ ਨਿਊਕਲੀਅਰ ਵਾਰ ਦਾ ਜ਼ਿਕਰ ਕਰਨਾ ਨਿਊਕਲੀਅਰ ਬੰਬ ਦਾ ਜ਼ਿਕਰ ਕਰਨਾ ਹੈ ਭਾਰਤ ਪਾਕਿਸਤਾਨ ਚਾਈਨਾ ਇੰਡੀਆ ਅਮਰੀਕਾ ਐਂਡ ਰਸ਼ੀਆ ਇਹ ਵੱਡੇ ਵੱਡੀਆਂ ਗੱਲਾਂ ਕਰਕੇ ਉਹ ਇੱਕ ਤਰ੍ਹਾਂ ਦੇ ਨਾਲ ਇੰਟਰਨੈਸ਼ਨਲ ਅਪਰੋਚ ਜਿਹੜੀ ਉਹ ਰੱਖਦੇ ਆ ਉਹਨਾਂ ਦੀ ਨਜ਼ਰ ਆਉਂਦੀ ਆ ਸੰਵਿਧਾਨ ਦੀ ਕਸਮ ਖਾ ਕੇ ਉਹ ਮੈਂਬਰ ਆਫ ਪਾਰਲੀਮੈਂਟ ਬਣੇ ਹੋਏ ਨੇ ਆਖਰੀ ਹੈਗਾ ਅਮ੍ਰਿਤਪਾਲ ਸਿੰਘ ਅਮ੍ਰਿਤਪਾਲ ਸਿੰਘ ਨੂੰ ਅਗਰ ਆਪਾਂ ਦੇਖੀਏ ਉਹਦੀਆਂ ਜੋ 2 ਮਹੀਨਿਆਂ ਦੇ ਵਿੱਚ ਗੱਲਾਂ ਨਜ਼ਰ ਆਈਆਂ ਨੇ ਸਾਹਮਣੇ ਆਈਆਂ ਨੇ ਉਹ ਇਹਨਾਂ ਦੋਨਾਂ ਦੇ ਵਿਪਰੀਤ ਹੈ ਹੁਣ ਇੱਥੇ ਇੱਕ ਸਮੀਕਰਨ ਨਜ਼ਰ ਆਉਂਦਾ ਜਦੋਂ ਆਪਾਂ ਅਮ੍ਰਿਤਪਾਲ ਦੀ ਗੱਲ ਕਰਦੇ ਆਂ ਐਵੇਂ ਲੱਗਦਾ ਹੈ ਕਿ ਗੁਰਪਤਵੰਤ ਪੰਨੂ ਐਂਡ ਸਿਮਰਨਜੀਤ ਮਾਨ ਦੋਨੋਂ ਇਕੱਠੇ ਨੇ ਦੋਨਾਂ ਦੀ ਅਪਰੋਚ ਇਕੱਠੀ ਹੈ ਔਰ ਦੋਨੋਂ ਇੱਕ ਹੋ ਕੇ ਚੱਲ ਰਹੇ ਨੇ ਇਹ ਅੱਗੇ ਆਪਾਂ ਇਸ ਵੀਡੀਓ ਦੇ ਐਂਡ ਦੇ ਵਿੱਚ ਮੈਂ ਕੁਝ ਅਗਲੇ ਸੈਗਮੈਂਟਸ ਵੀਡੀਓ ਵੀ ਪਲੇ ਕਰਾਂਗੀ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਰਿਫਰੈਂਡਮ ਦੇ ਹੱਕ ਦੇ ਵਿੱਚ ਆਉਂਦੇ ਆ ਲੇਕਿਨ ਅੰਮ੍ਰਿਤਪਾਲ ਜਿਹੜਾ ਹੈਗਾ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਉਹਦੀ ਅਪਰੋਚ ਔਰ ਉਹਦੀਆਂ ਜਿਹੜੀਆਂ ਗੱਲਾਂ ਨੇ ਜ਼ਿਆਦਾਤਰ ਤਾਂ ਗੱਲਾਂ ਹੀ ਚੱਲ ਰਹੀਆਂ ਨੇ ਉਹ ਗੱਲਾਂ ਜਿਹੜੀਆਂ ਨੇ ਉਹ ਬਿਲਕੁਲ ਸਿਮਰਨਜੀਤ ਸਿੰਘ ਮਾਨ ਔਰ ਗੁਰਪਤਵੰਤ ਪੰਨੂ ਰੀਫਰੈਂਡਮ ਦੇ ਬਿਲਕੁਲ ਵਿਰੋਧ ਵਾਲੀਆਂ ਨੇ ਸਭ ਤੋਂ ਪਹਿਲੀ ਗੱਲ ਕਿ ਉਹ ਵਾਇਲੈਂਸ ਦੀ ਗੱਲ ਕਰਦਾ ਉਹ ਸ਼ਸਤਰਾਂ ਦੀ ਗੱਲ ਕਰਦਾ ਖੈਰ ਉਹਨੇ ਕੋਈ ਵੀ ਐਦਾਂ ਦੀ ਕਾਲ ਵਾਇਲੈਂਸ ਵਾਲੀ ਨਹੀਂ ਦਿੱਤੀ ਹੈਗੀ ਪਰ ਅੰਮ੍ਰਿਤਪਾਲ ਦੇ ਬਿਆਨਾਂ ਦੇ ਵਿੱਚੋਂ ਖਾਸ ਤੌਰ ਤੇ ਤਿੰਨ ਗੱਲਾਂ ਨੇ ਜਿਹੜੀਆਂ ਕਿ ਸਿਮਰਨਜੀਤ ਸਿੰਘ ਮਾਨ ਦੀ ਖਾਲਿਸਤਾਨ ਅਪਰੋਚ ਐਂਡ ਗੁਰਪਤਵੰਤ ਪੰਨੂ ਦੀ ਖਾਲਿਸਤਾਨ ਅਪਰੋਚ ਦੇ ਨਾਲ ਸਹਿਮਤੀ ਨਹੀਂ ਬਣ ਸਕਦੀ ਕਿਤੇ ਵੀ ਉਹ ਬਿਲਕੁਲ ਵਿਪਰੀਤ ਆਪੋਜ਼ਿਟ ਲੱਗਦੀਆਂ ਨੇ ਪਹਿਲੀ ਗੱਲ ਉਹ ਅਨ ਡੈਮੋਕਰੇਸੀ ਡੈਮੋਕਰੇਸੀ ਦੇ ਵਿੱਚ ਉਹ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੂੰ ਨਹੀਂ ਐਦਾਂ ਲੱਗਦਾ ਕਿ ਡੈਮੋਕ੍ਰੈਟਿਕ ਟੰਗ ਦੇ ਨਾਲ ਜ਼ਮੂਰੀ ਟੰਗ ਦੇ ਨਾਲ ਉਹਨਾਂ ਨੂੰ ਕੋਈ ਸਪੈਸ਼ਲ ਮੁਲਕ ਜਿਹੜਾ ਉਹ ਮਿਲ ਸਕਦਾ ਦੂਸਰੀ ਗੱਲ ਵਾਇਲੈਂਸ ਦੇ ਥਰੂ ਉਹ ਅਚੀਵ ਕਰਨਾ ਚਾਹੁੰਦੇ ਆ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਜਿਹੜਾ ਪ੍ਰਧਾਨ ਹੈ ਉਹਦੇ ਬਿਆਨਾਂ ਚੋਂ ਐਵੇਂ ਲੱਗਦਾ ਔਰ ਜਿਵੇਂ ਉਹ ਧਰਮ ਯੁੱਧ ਮੋਰਚਾ ਹਰ ਇੱਕ ਚੀਜ਼ ਨੂੰ ਬਣਾਉਣ ਦਾ ਜਿਹੜਾ ਉਹਨੇ ਪ੍ਰੋਪਰ ਮਾਡਲ ਅਡਾਪਟ ਕਰ ਰੱਖਿਆ ਹੈ ਕਿ ਜਿਵੇਂ ਪਿੰਡਰਾਲਿਆਂ ਨੇ ਕੀਤਾ ਸੀ ਉਸ ਰਸਤੇ ਤੇ ਤੁਰਨਾ ਹੈ ਉਹ ਵਾਇਲੈਂਟ ਉਹ ਵਾਇਲੈਂਸ ਵਾਲਾ ਹੈ ਔਰ ਤੀਸਰੀ ਗੱਲ ਹੈ ਕਿ ਜਿਹੜਾ ਅਮ੍ਰਿਤਪਾਲ ਹੈ ਉਹ ਜਿਹੜੀਆਂ ਜਥੇਬੰਦੀਆਂ ਵਰਲਡ ਲੈਵਲ ਤੇ ਬਣੀਆਂ ਹੋਈਆਂ ਨੇ ਜਿਹੜੀਆਂ ਮਾਡਰਨ ਐਂਡ ਵੈਸਟਰਨ ਜਥੇਬੰਦੀਆਂ ਨੇ ਉਹਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਉਹਨੇ ਕਈ ਇੰਟਰਵਿਊਜ਼ ਦੇ ਵਿੱਚ ਕਈ ਵਾਰੀ ਉਹਨੇ ਕਿਹਾ ਕਿ ਇੱਕ ਪ੍ਰੋਪਰ ਤੰਤਰ ਔਰ ਇਸ ਤੰਤਰ ਨੇ ਇੰਟਰਨੈਸ਼ਨਲ ਲੈਵਲ ਤੇ ਸਟਾਰਟ ਹੁੰਦਾ ਔਰ ਇਹ ਕੰਟਰੋਲ ਕਰਦਾ ਸਾਰਾ ਕੁਝ ਸੋ ਇੱਥੇ ਬਿਲਕੁਲ ਵਿਪਰੀਤ ਹੋ ਜਾਂਦਾ ਅਮ੍ਰਿਤਪਾਲ ਜਿਹੜੀਆਂ ਵੈਸਟਰਨ ਐਂਡ ਮਾਡਰਨ ਜਥੇਬੰਦੀਆਂ ਲਾਈਕ ਯੂਨਾਈਟਿਡ ਨੇਸ਼ਨਸ ਆ ਉਹਦੇ ਵਿੱਚ ਉਹਦਾ ਵਿਸ਼ਵਾਸ ਨਹੀਂ ਹੈਗਾ ਔਰ ਸਿਮਰਨਜੀਤ ਸਿੰਘ ਮਾਨ ਐਂਡ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੋਨਾਂ ਦਾ ਵਿਸ਼ਵਾਸ ਸਭ ਤੋਂ ਵੱਧ ਓਨਲੀ ਐਂਡ ਓਨਲੀ ਵਿਸ਼ਵਾਸ ਉਹਨਾਂ ਦਾ ਉਹ ਇੰਟਰਨੈਸ਼ਨਲ ਜਥੇਬੰਦੀਆਂ ਲਾਈਕ ਯੂਨਾਈਟਿਡ ਨੇਸ਼ਨ ਤੇ ਆ ਉਹਨਾਂ ਨੂੰ ਲੱਗਦਾ ਹੈ ਕਿ ਇਹ ਯੂਨਾਈਟਿਡ ਨੇਸ਼ਨ ਗੁਰਪਤਵੰਤ ਪੰਨੂ ਐਂਡ ਸਿਮਰਨਜੀਤ ਮਾਨ ਨੂੰ ਇੱਕ ਅਲੱਗ ਮੁਲਕ ਜਿਹੜਾ ਉਹ ਦੇ ਦੇਗੀ ਸੋ ਇਹਨਾਂ ਤਿੰਨਾਂ ਜਥੇਬੰਦੀਆਂ ਦੇ ਜਿਹੜੇ ਕੈਰੇਕਟਰ ਹੈਗੇ ਆ ਉਹਨਾਂ ਦੀ ਜਿਹੜੀ ਪਹੁੰਚ ਆ ਜੋ ਅਪਰੋਚ ਆ ਉਹਨੂੰ ਅਗਰ ਆਪਾਂ ਸਮਝਦੇ ਆਂ ਤਾਂ ਉਸ ਤੋਂ ਇੱਕ ਨਵਾਂ ਸਮੀਕਰਨ ਜਿਹੜਾ ਉਹ ਨਿਕਲ ਕੇ ਸਾਹਮਣੇ ਆਉਂਦਾ ਉਹ ਸਮੀਕਰਨ ਇਹ ਹੈ ਕਿ ਇੱਕ ਪਾਸੇ ਤਾਂ ਗੁਰਪਤਵੰਨ ਸਿੰਘ ਪੰਨੂ ਜਿਹੜਾ ਸਾਲ 2007 ਤੋਂ 64 ਜਸਟਿਸ ਕੰਮ ਕਰ ਰਿਹਾ ਉਹ ਨਾਲ ਹੈ ਸਿਮਰਨਜੀਤ ਸਿੰਘ ਮਾਨ ਜਿਹੜਾ 1989 ਤੋਂ ਪਹਿਲਾਂ ਦੇ ਕੰਮ ਕਰ ਰਿਹਾ ਦੋਨੋਂ ਜਾਣਿਆਂ ਦੀ ਸੇਮ ਅਪਰੋਚ ਸੇਮ ক্যারেক্টারিস্টিক ਜਿਹੜੇ ਆ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਤੇ ਭਰੋਸਾ ਹੈ ਵੀ ਡੈਮੋਕਰੇਟਲੀ ਡੈਮੋਕਰੇਟਿਕਲੀ ਅਸੀਂ ਹਾਸਿਲ ਕਰ ਲਾਂਗੇ ਬਿਨਾ ਵਾਇਲੈਂਸ ਉਭਰਤੇ ਔਰ ਦੂਸਰੇ ਪਾਸੇ ਅਮ੍ਰਿਤਪਾਲ ਸਿੰਘ ਜੋ 2 ਮਹੀਨੇ ਪਹਿਲਾਂ ਹੀ ਭਾਰਤ ਦੇ ਵਿੱਚ ਆਉਂਦਾ ਪੰਜਾਬ ਦੇ ਵਿੱਚ ਆਉਂਦਾ ਔਰ ਇੱਕ ਤਰ੍ਹਾਂ ਦੇ ਨਾਲ ਕਾਫੀ ਉਭਾਰ ਉਹਦੀ ਈਮੇਜ ਦਾ ਜਿਹੜਾ ਉਹ ਨਜ਼ਰ ਆਉਂਦਾ ਸਾਹਮਣੇ ਆਉਂਦਾ ਉਹ ਉਭਾਰ ਕਿਵੇਂ ਹੋਇਆ ਕਿਉਂ ਹੋਇਆ ਕੌਣ ਕਰ ਰਿਹਾ ਨੇ ਇਸ ਚੀਜ਼ ਦੇ ਵਿੱਚ ਮੈਂ ਉਲਝਣਾ ਨਹੀਂ ਚਾਹਾਂਗੀ ਮੈਂ ਸਿਰਫ ਇਹਨੂੰ ਇੱਥੋਂ ਤੱਕ ਰੱਖਾਂਗੀ ਕਿ ਇਹ ਜਿਹੜਾ ਅਮ੍ਰਿਤਪਾਲ ਦਾ ਉਭਾਰ ਹੈ ਇਹ ਕਿਉਂ ਹੋ ਰਿਹਾ ਜਾਂ ਆਪਾਂ ਇਹ ਕਹੀਏ ਕਿ ਇਹ ਜਿਹੜੀ ਖਾਲਿਸਤਾਨ ਮੂਵਮੈਂਟ ਅੱਜ ਚੱਲ ਰਹੀ ਆ ਇਹਦੇ ਵਿੱਚ ਜਿਹੜੀ ਅਪਰੋਚਆਂ ਆ ਲਗ ਲਗ ਲੋਕਾਂ ਦੀ ਉਹਦੇ ਨਾਲ ਅੱਗੇ ਫਰਦਰ ਆਪਾਂ ਕੀ ਐਂਟੀਸੀਪੇਟ ਕਰ ਸਕਦੇ ਆ ਆਪਣੇ ਕੋਲ ਗੁਰਪ੍ਰਥਵਨ ਸਿੰਘ ਪੰਨੂ ਐ ਸਿਮਰਨਜੀਤ ਮਾਨ ਇੱਕ ਇਕੱਠੇ ਨਜ਼ਰ ਆਉਂਦੇ ਨੇ ਪਹੁੰਚ ਦੇ ਵਿੱਚ ਜਿਹੜੀ ਉਹਨਾਂ ਦੀ ਪਹੁੰਚ ਹੈ ਡੈਮੋਕਰੈਟਿਕ ਐਂਡ ਨਾਨ ਵਾਇਲੈਂਟ ਔਰ ਦੂਸਰੇ ਪਾਸੇ ਅਮ੍ਰਿਤਪਾਲ ਸਿੰਘ ਐਵੇਂ ਲੱਗਦਾ ਹੈ ਕਿ ਅਮ੍ਰਿਤਪਾਲ ਸਿੰਘ ਜਿਹਦੀ ਇੱਕ ਬਹੁਤ ਡਰਾਮੈਟਿਕ ਵੇ ਦੇ ਨਾਲ ਉਭਾਰ ਆਇਆ ਉਹਦੇ ਉਦੀ ਪਰਸਨੈਲਿਟੀ ਨੂੰ ਬਹੁਤ ਇਵੈਂਟ ਮੈਨੇਜਮੈਂਟ ਕਰਕੇ ਬੜੇ ਤਿੱਖੇ ਜਿਹੇ ਬਿਆਨਬਾਜ਼ੀਆਂ ਕਰਕੇ ਔਰ ਸੰਤ ਪਿੰਡਰਾਂ ਵਾਲਿਆਂ ਦਾ ਐਵਟਾਰ ਪਾ ਕੇ ਉਹਨਾਂ ਦਾ ਪ੍ਰੋਪਰ ਫਾਲੋ ਕਰਕੇ ਰੂਟ ਜਿਹੜਾ ਰੋਡ ਮੈਪ ਸੀਗਾ ਜਿਹੜਾ ਉਭਾਰਿਆ ਜਾ ਰਿਹਾ ਜਾਂ ਉੱਬਰ ਰਿਹਾ ਅਮ੍ਰਿਤਪਾਲ ਇਹਨੂੰ ਇੱਕ ਤਰ੍ਹਾਂ ਦੇ ਨਾਲ ਇਹ ਦੋ ਜਥੇਬੰਦੀਆਂ ਜਿਹੜੀ 6 ਫਾਰ ਜਸਟਿਸ ਆ ਔਰ ਸਿਮਰਨਜੀਤ ਸਿੰਘ ਮਾਨ ਆ ਇਹਨਾਂ ਦੇ ਵਿਰੁੱਧ ਖੜਾ ਕੀਤਾ ਜਾ ਰਿਹਾ ਤਾਂ ਕਿ ਵਾਧਦੀ ਹੋਈ ਪਪੂਲਾਰਿਟੀ ਗੁਰਪਤਵੰਨ ਸਿੰਘ ਪੰਨੂ ਦੀ ਔਰ ਸਿਮਰਨਜੀਤ ਸਿੰਘ ਮਾਨ ਨੂੰ ਜਿਹੜੀ ਪਪੂਲੈਰਿਟੀ ਪੰਜਾਬ ਦੇ ਵਿੱਚ ਮਿਲੀ ਆ ਇਹਨੂੰ ਕਾਊਂਟਰ ਕੀਤਾ ਜਾ ਸਕੇ ਔਰ ਇੱਕ ਹੌਟ ਹੈੱਡਡ ਸਿੱਖ ਲੀਡਰ ਜਾਂ ਸਿੱਖ ਆਗੂ ਕਹਿ ਕੇ ਉੱਬਰ ਉਭਾਰ ਕੇ ਕਿਸੇ ਨੌਜਵਾਨ ਮੁੰਡੇ ਨੂੰ ਜਿਹੜਾ ਤੱਤੀਆਂ ਗੱਲਾਂ ਕਰੇ ਉਹਨੂੰ ਅੱਗੇ ਲਿਆਂਦਾ ਜਾ ਸਕੇ ਆਪਣੇ ਸਾਹਮਣੇ ਕੁਝ ਤੱਥ ਇਹ ਵੀ ਨੇ ਕਿ ਗੁਰਪਤਵੰਨ ਸਿੰਘ ਪੰਨੂ ਨੇ ਕਿਤੇ ਵੀ ਅਮ੍ਰਿਤਪਾਲ ਨੂੰ ਇਸ ਚੀਜ਼ ਦਾ ਸਪੋਰਟ ਨਹੀਂ ਮੰਗੀ ਕਿ ਉਹ ਪੰਜਾਬ ਦੇ ਵਿੱਚ ਰਿਫਰੈਂਡਮ ਕਰਾਵੇ ਜਾਂ ਉਹਦੇ ਵਿੱਚ ਉਹਦੀ ਹੈਲਪ ਕਰੇ ਜਾਂ ਇਦਾਂ ਦੀ ਕੋਈ ਮੰਗ ਉਠਾਵੇ ਆਪਾਂ ਇੱਕ ਚੀਜ਼ ਨੂੰ ਇਹ ਵੀ ਆਬਜ਼ਰਵ ਕਰੀਏ ਕਿ ਜਿਸ ਦਿਨ ਦਾ ਅਮ੍ਰਿਤਪਾਲ ਪੰਜਾਬ ਦੇ ਵਿੱਚ ਆ ਕੇ ਐਕਟਿਵ ਹੋਇਆ ਉੱਭਰਿਆ ਹੈ ਉਸ ਦਿਨ ਦਾ ਗੁਰਪਤਵੰਤ ਪੰਨੂ ਦੀ ਬਾਣੀ ਇੰਟਰਫੀਰੈਂਸ ਪੰਜਾਬ ਦੇ ਵਿੱਚ ਨਹੀਂ ਹੈ ਅਦਰਵਾਇਜ਼ ਉਹਦੀ ਇੰਟਰਫੀਰੈਂਸ ਹਰ ਹਫਤੇ ਜਿਹੜੀ ਕੋਈ ਨਾ ਕੋਈ ਵੀਡੀਓ ਕੋਈ ਨਾ ਕੋਈ ਨਿਊਜ਼ ਜਿਹੜੀ ਸੀ ਉਹਦੇ ਨਾਮ ਦੇ ਨਾਲ ਸਾਹਮਣੇ ਆ ਹੀ ਜਾਂਦੀ ਸੀ ਪਰ ਪਰ ਉਧਰੋਂ ਰਿਫਰੈਂਡਮ ਬਹੁਤ ਤੇਜ਼ ਹੋਇਆ ਔਰ ਉਧਰੋਂ ਅਮ੍ਰਿਤਪਾਲ ਪੰਜਾਬ ਦੇ ਵਿੱਚ ਆ ਕੇ ਬਹੁਤ ਕੁਇਕਲੀ ਇੱਕ ਵੈਲ ਪਲਾਨਡ ਇਵੈਂਟ ਦੇ ਵਾਂਗੂ ਇੱਕ ਵੈਲ ਪਲਾਨਡ ਕਲਟ ਜਿਹੜਾ ਇੱਕ ਪਿੰਡਰਾਲਿਆਂ ਦਾ ਅਵਤਾਰ ਲੈ ਕੇ ਬਿਲਕੁਲ ਵਿਪਰੀਤ ਸਿਮਰਨਜੀਤ ਸਿੰਘ ਮਾਨ ਦੀ ਡੈਮੋਕਰੈਟਿਕ ਅਪਰੋਚ ਐਂਡ ਗੁਰਪਤਵੰਨ ਪੰਨੂ ਦੀ ਡੈਮੋਕਰੈਟਿਕ ਐਂਡ ਨਾਨ ਵਾਇਲੈਂਟ ਅਪਰੋਚ ਦੇ ਖਿਲਾਫ ਖੜਾ ਕਰ ਦਿੱਤਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਵੀ ਹੋ ਸਕਦੀ ਆ ਪੋਸੀਬਲ ਕਿ ਖਾਲਿਸਤਾਨ ਸੰਕਲਪ ਦੇ ਲਈ ਜੋ ਵੀ ਐਕਟੀਵਿਟੀਆਂ ਜਾਂ ਚੱਲ ਰਹੀਆਂ ਨੇ ਉਹਦੇ ਵਿੱਚ ਇੱਕ ਦੂਜੇ ਦੇ ਵਿਰੁੱਧ ਵੀ ਖੜੇ ਨਜ਼ਰ ਆਉਣ ਇੱਕ ਪਾਸੇ ਹਾਈਲੀ ਡੈਮੋਕਰੈਟਿਕ ਐਂਡ ਵੈਸਟਰਨ ਐਂਡ ਇੰਟਰਨੈਸ਼ਨਲ ਅਪਰੋਚ ਰੱਖਣ ਵਾਲੇ ਔਰ ਇੱਕ ਪਾਸੇ ਵਾਇਲੈਂਟ ਗੈਰਜ਼ਮੂਰੀ ਐਂਡ ਮੀਡੀਵਲ ਮਿਡਲ 에ਜਸ ਦੀ ਅਪਰੋਚ ਰੱਖਣ ਵਾਲੇ ਅਗੂਸ ਸੋ ਇਹਦੇ ਵਿੱਚੋਂ ਇੱਕ ਦੂਸਰੀ ਐਂਟੀਸੀਪੇਸ਼ਨ ਵੀ ਆਪਾਂ ਲਾ ਸਕਦੇ ਹਾਂ ਉਹ ਹੈਗੀ ਹੈ ਕਿ ਪੰਜਾਬ ਪੱਧਰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਜਿਮਨੀ ਚੋਣਾ ਜਿੱਤ ਕੇ ਮੈਂਬਰ ਆਫ ਪਾਰਲੀਮੈਂਟ ਬਣੇ ਉਹਨਾਂ ਦੀ ਵੋਟ ਬੈਂਕ ਨੂੰ ਤੋੜਨ ਦੇ ਲਈ ਖੈਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਕੋਈ ਐਡੀ ਵੱਡੀ ਵੋਟ ਬੈਂਕ ਨਜ਼ਰ ਨਹੀਂ ਆਉਂਦੀ ਪਰ ਸਿਮਰਨਜੀਤ ਸਿੰਘ ਮਾਨ ਦੇ ਅੱਗੇ ਇੱਕ ਬਹੁਤ ਵੱਡਾ ਚੈਲੰਜ ਇਹ ਹੈਗਾ ਕਿ ਉਹਨਾਂ ਨੇ ਇੱਕ ਵਾਰੀ ਇਹ ਐਮਪੀ ਟਿਕਟ ਜਿਮਨੀ ਚੋਣਾ ਚ ਜਿੱਤ ਤਾਂ ਲਈ ਆ ਪਰ ਸਾਲ 2024 ਦੇ ਵਿੱਚ ਦੁਬਾਰਾ ਆਪਣੀ ਜਿੱਤ ਨੂੰ ਪੋਸੀਬਲ ਕਰਨ ਔਰ ਹਰ ਹਾਲਤ ਦੇ ਵਿੱਚ ਜਿੱਤਣਾ ਉਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅਗਰ ਉਹ 2024 ਚ ਨਾ ਜਿੱਤ ਪਾਏ ਤਾਂ ਜਿਹੜੀ ਇਹ ਵਾਲੀ ਜਿਮਨੀ ਚੋਣਾਂ ਦੀ ਜਿੱਤ ਹੋਈ ਆ ਇਨੂੰ ਵੀ ਇੱਕ ਤੁੱਕਾ ਹੀ ਸਮਝਿਆ ਜਾਏਗਾ ਕਿਉਂਕਿ ਪੰਜਾਬ ਚੇ ਨੈਰੇਟਿਵ ਹੈਗਾ ਹੈ ਐ ਇਨੋਸ਼ਨ ਹੈਗੀ ਹੈ ਕਿ ਸਿਰਫ ਔਰ ਸਿਰਫ ਸਿੰਪਥੀ ਵੋਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਈ ਆ ਅਦਰਵਾਈਜ਼ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕੋਈ ਵੀ ਆਪਣਾ ਨਿੱਜੀ ਵੋਟ ਬੈਂਕ ਹੈ ਨਹੀਂ ਜਿਹੜਾ ਉਹਨਾਂ ਦੇ ਨਾਲ ਚੱਲਦਾ ਹੋਵੇ ਐਵੇਂ ਲੱਗਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਦੀ ਵੀ ਵੋਟ ਬੈਂਕ ਨੂੰ ਤੋੜਨ ਦੇ ਲਈ ਜਾਂ ਇੱਕ ਵਿਪਰੀਤ ਇੱਕ ਵਿਕਲਪ ਖੜਾ ਕਰਨ ਦੇ ਲਈ ਵੀ ਕੋਸ਼ਿਸ਼ਾਂ ਜਿਹੜੀਆਂ ਹੋਈਆਂ ਉਹਨਾਂ ਕੋਸ਼ਿਸ਼ਾਂ ਦੇ ਵਿੱਚੋਂ ਅਮ੍ਰਿਤਪਾਲ ਆਇਆ ਬਹੁਤ ਐਦਾਂ ਦੇ ਲੋਕ ਨੇ ਬਹੁਤ ਐਦਾਂ ਦੇ ਚਿੰਤਕ ਨੇ ਬਹੁਤ ਐਦਾਂ ਦੇ ਹਿਸਟੋਰੀਅਨ ਨੇ ਜਿਹੜੇ ਸਿੱਖੀ ਦੇ ਨਾਲ ਜੁੜੇ ਹੋਏ ਨੇ ਜਿਹੜੇ ਸਿਮਰਨਜੀਤ ਸਿੰਘ ਮਾਨ ਦੀ ਵਿਚਾਰਧਾਰਾ ਉਹਨਾਂ ਦੇ ਕੰਮਾਂ ਦੇ ਨਾਲ ਔਰ ਉਹਨਾਂ ਦੀ ਜਿਹੜੀ ਜੋ ਵੀ ਅੱਜ ਤੱਕ ਉਹਨਾਂ ਦੀ ਅਪਰੋਚ ਰਹੀ ਆ ਉਹਦੇ ਨਾਲ ਸਹਿਮਤ ਨਹੀਂ ਆ ਉਹਨਾਂ ਨੂੰ ਐਵੇਂ ਲੱਗਦਾ ਕਿ ਪੰਜਾਬ ਦੇ ਜ਼ਮੀਨੀ ਪੱਧਰ ਦੇ ਉੱਤੇ ਜੋ ਚੀਜ਼ਾਂ ਵਾਪਰ ਰਹੀਆਂ ਨੇ ਜਿਸ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਨੂੰ ਪੋਪੂਲੈਰਿਟੀ ਮਿਲੀ ਆ ਇਹ ਉਹ ਕੁਝ ਲੋਕ ਜਿਹੜੇ ਪਿੱਛੇ ਬੈਠੇ ਨੇ ਉਹਨਾਂ ਦੇ ਲਈ ਸਹੀ ਨਹੀਂ ਹੈ ਜੇ ਵਾਰਿਸ ਪੰਜਾਬ ਦੀ ਜਥੇਬੰਦੀ ਹੈ ਤਾਂ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵਿੱਚੋਂ ਸਿਰਫ ਆਪਾਂ ਨੂੰ ਇੱਕ ਅੱਗੇ ਅਮ੍ਰਿਤਪਾਲ ਹੀ ਦਿਖਦਾ ਹੈ ਬਾਕੀ ਦੇ ਮੈਂਬਰ ਕੌਣ ਨੇ ਕਿੱਥੇ ਨੇ ਇਸ ਚੀਜ਼ ਨੂੰ ਸਮਝਣ ਦੇ ਲਈ ਪੰਜਾਬ ਨੇ ਵੀ ਮੈਨੂੰ ਲੱਗਦਾ ਕੋਈ ਖਾਸ ਕੋਸ਼ਿਸ਼ ਕੀਤੀ ਨਹੀਂ ਆ ਸੋ ਇੱਥੇ ਪੰਜਾਬ ਨੂੰ ਅਮ੍ਰਿਤਪਾਲ ਦੀ ਜਥੇਬੰਦੀ ਜੋ ਵਾਰਿਸ ਪੰਜਾਬ ਦੀ ਹੈ ਜਿਹੜੀ ਦੀਪ ਸਿੱਧੂ ਵੱਲੋਂ ਬਣਾਈ ਗਈ ਸੀ ਉਹਦੇ ਕੋਰ ਕਮੇਟੀ ਦੇ ਮੈਂਬਰ ਕੌਣ ਨੇ ਉਹ ਵੀ ਸਮਝਣਾ ਬਹੁਤ ਜ਼ਰੂਰੀ ਔਰ ਉਹਦੇ ਵਿੱਚੋਂ ਕਾਫੀ ਮੇਰੀ ਇਹ ਜਿਹੜੀ ਥਿਊਰੀ ਮੈਂ ਦੇ ਰਹੀ ਆ ਜਿਹਦੇ ਵਿੱਚ ਮੇਰਾ ਕਹਿਣ ਦਾ ਭਾਵੇਂ ਹੈ ਕਿ ਸਿਮਰਨਜੀਤ ਮਾਨ ਔਰ ਗੁਰਪਤਮਨ ਪੰਨੂ ਦੇ ਖਿਲਾਫ ਅੰਮ੍ਰਿਤਪਾਲ ਨੂੰ ਖੜਾ ਕੀਤਾ ਜਾ ਰਿਹਾ ਉਹ ਕਾਫੀ ਹੱਦ ਤੱਕ ਤੁਹਾਨੂੰ ਕਲੀਅਰ ਵੀ ਹੋ ਜਾਏਗੀ ਸਿਮਰਨਜੀਤ ਸਿੰਘ ਮਾਨ ਅੰਡਰ ਪ੍ਰੈਸ਼ਰ ਹੈਗੇ ਆ ਬਿਕਾਜ਼ ਉਹਨਾਂ ਦੇ ਲਈ ਡੈਮੋਕਰੈਟਿਕ ਢੰਗ ਨਾਲ ਜਿਹੜੀਆਂ ਵੋਟਾਂ ਹੋਣੀਆਂ ਨੇ ਐਮਪੀ ਦੀਆਂ ਚੋਣਾਂ ਉਹਦੇ ਵਿੱਚ ਜਿੰਨਾ ਬਹੁਤ ਜ਼ਰੂਰੀ ਆ ਪਰ ਜਦੋਂ ਦਾ ਅਮ੍ਰਿਤਪਾਲ ਦੀ 2 ਮਹੀਨਿਆਂ ਦੇ ਵਿੱਚ ਆਪਾਂ ਕਾਰਵਾਈ ਦੇਖ ਲਈਆਂ ਤਾਂ ਇੱਕ ਬਹੁਤ ਹੀ ਅਗਰੈਸਿਵ ਔਰ ਇੱਕ ਬਹੁਤ ਹੀ ਵਾਇਲੈਂਟ ਅਪਰੋਚ ਦੇ ਨਾਲ ਉਹ ਆਪਣੇ ਬਿਆਨ ਬਾਝੀਆਂ ਸਿਰਫ ਬਿਆਨ ਹੀ ਨਹੀਂ ਪਰ ਉਹ ਬਿਆਨ ਵੀ ਲੋਕਾਂ ਨੂੰ ਡਰਾਉਂਦੇ ਨੇ ਕਿਉਂਕਿ ਪੰਜਾਬ ਦਾ ਜਿਹੜਾ ਪੁਰਾਣਾ ਸਮਾਂ ਸੀ ਉਹ ਕਾਫੀ ਖੂਨੀ ਇਤਿਹਾਸ ਵਾਲਾ ਰਿਹਾ ਆ ਸੋ ਕਿਤੇ ਨਾ ਕਿਤੇ ਵੋਟ पे चोट सिमरनजीत सिंह मान ਦੇ ਨਾਲ ਲੱਗਦੀ ਹੈ ਕਿਉਂਕਿ ਜਿਸ ਤਰ੍ਹਾਂ ਇਸਾਈ ਧਰਮ ਨੂੰ ਟਾਰਗੇਟ ਕੀਤਾ ਅਮ੍ਰਿਤਪਾਲ ਨੇ ਹੁਣ ਲੇਟਲੀ ਉਹਦੇ ਨਾਲ ਸਰਟਨਲੀ ਜਿਹੜਾ ਵੋਟ ਬੈਂਕ ਆ ਉਹ ਡਿਵਾਈਡ ਹੋਏਗਾ ਔਰ ਉਹਨਾਂ ਪਾਰਟੀਆਂ ਨੂੰ ਜਾਏਗਾ ਜਿਹੜੀਆਂ ਉਹਨਾਂ ਨੂੰ ਵੋਮਥ ਦੇ ਸਕਨ ਪ੍ਰੋਟੈਕਸ਼ਨ ਦੇ ਸਕਨ ਜਿਹੜੀਆਂ ਹਿੰਦੂ ਵੋਟ ਬੈਂਕ ਨੂੰ ਸਾਹਮਣੇ ਰੱਖ ਸਕਣ ਉਹ ਆਮ ਆਦਮੀ ਪਾਰਟੀ ਵੀ ਹੋ ਸਕਦੀ ਹੈ ਕਾਂਗਰਸ ਵੀ ਹੋ ਸਕਦੀ ਹੈ ਔਰ ਭਾਜਪਾ ਵੀ ਹੋ ਸਕਦੀ ਹੈ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਹੀ ਪੰਜਾਬ ਦੇ ਵਿੱਚ ਵਸਤੀਆਂ ਹੋਈਆਂ ਮਾਈਨੋਰਟੀਜ਼ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਦੇ ਵਿੱਚ ਹੁੰਦੀ ਹੈ ਚਾਹੇ ਉਹਨਾਂ ਦਾ ਸਿੰਬੋਲਿਕ ਹੀ ਹੋਵੇ ਪਰ ਜਿਸ ਤਰ੍ਹਾਂ ਅਮ੍ਰਿਤਪਾਲ ਨੇ ਪੰਜਾਬ ਦੀ ਇੱਕ ਮਾਈਨੋਰਿਟੀ ਸਾਈ ਧਰਮ ਨੂੰ ਟਾਰਗੇਟ ਕੀਤਾ ਹੈ ਉਹਦਾ ਨੁਕਸਾਨ ਸਰਟਨਲੀ ਕੋਈ ਵੀ ਸੇਖਾਗੂ ਜਿਹੜਾ ਰੈਡੀਕਲ ਸੋਚ ਵਾਲਾ ਜਾਂ ਖਾਲਿਸਤਾਨ ਦੀ ਗੱਲ ਕਰਨ ਵਾਲਾ ਹੋਏਗਾ ਜਾਂ ਜਿਹਦਾ ਪਿਛੋਕੜ ਹੋਏਗਾ ਉਹਨੂੰ ਵੋਟਾਂ ਦਾ ਨੁਕਸਾਨ ਮਿਲੇਗਾ ਹੀ ਮਿਲੇਗਾ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਪ੍ਰੈਸ਼ਰ ਆ ਉਹ ਇੱਕ ਪੱਖ ਤੋਂ ਇਹ ਵੀ ਨਜ਼ਰ ਆਉਂਦਾ ਕਿ ਜਦੋਂ ਆਪਾਂ ਸਿਮਰਨਜੀਤ ਸਿੰਘ ਮਾਨ ਨੂੰ ਇਨ ਕੋਰਿਲੇਸ਼ਨ ਵਿਦ ਗੁਰਪ੍ਰਤਵੰਤ ਸਿੰਘ ਪੰਨੂ 6 ਫਾਰ ਜਸਟਿਸ ਨਾਲ ਪੜਨ ਦੀ ਕੋਸ਼ਿਸ਼ ਕਰਦੇ ਆ ਸੋ ਅੱਥੇ ਇਸ ਚੀਜ਼ ਨੂੰ ਧਿਆਨ ਨਾਲ ਸਮਝਣਾ ਤੁਹਾਡੇ ਲਈ ਜ਼ਰੂਰੀ ਹੈ ਕਿਉਂਕਿ ਸਿਮਰਨਜੀਤ ਸਿੰਘ ਮਾਨ ਸਾਲ 2015 16 17 18 19 20 ਤੱਕ ਗੁਰਪਤਵੰਨ ਸਿੰਘ ਪੰਨੂ ਨੂੰ ਕ੍ਰਿਟੀਸਾਈਜ਼ ਕਰਦੇ ਆਏ ਨੇ ਉਹਨਾਂ ਦੇ ਰਿਫਰੈਂਡਮ ਦੇ ਨਾਲ ਸਹਿਮਤ ਨਹੀਂ ਰਹੇ ਹੈਗੇ ਉਹਨਾਂ ਨੇ ਹਮੇਸ਼ਾ ਇਹ ਗੱਲ ਕਹੀ ਕਿ ਜਿਹੜਾ ਉਹ ਰਿਫਰੈਂਡਮ ਕਰਾਉਣ ਦੀ ਮੰਗ ਕਰਦੇ ਨੇ ਜਿਹੜਾ ਪਹਿਲਾਂ 2020 ਚ ਹੋਣਾ ਸੀ ਉਦੋਂ ਨਹੀਂ ਹੋ ਪਾਇਆ ਔਰ ਹੁਣ ਹੋ ਰਿਹਾ ਹੈ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਏਗਾ ਔਰ ਉਹ ਇੱਕ ਤਰ੍ਹਾਂ ਦੇ ਨਾਲ ਕੋਈ ਉਹਦੀ ਵੈਲਿਡਿਟੀ ਹੀ ਨਹੀਂ ਹੈ ਉਹਦਾ ਇੱਕ ਮੈਂ ਕਲਿੱਪ ਜਿਹੜਾ ਆ ਤੁਹਾਡੇ ਨਾਲ ਅੱਥੇ ਚਲਾ ਦਾਂਗੀ ਤਾਂ ਕਿ ਤੁਹਾਨੂੰ ਸਮਝ ਆ ਜਾ ਸਕੇ ਕਿ ਸਾਲ 2015-16 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦਾ ਪ੍ਰੋਪਰ ਰਵਈਆ ਰਿਫਰੈਂਡਮ ਦੇ ਪ੍ਰਤੀ ਗੁਰਪ੍ਰਤਵੰਤ ਪੰਨੂ ਦੇ ਪ੍ਰਤੀ ਕੀ ਸੀਗਾ ਜੀ ਮੈਂ ਪਿੱਛੇ ਜੇ ਅਮਰੀਕਾ ਗਿਆ ਸੀ ਉੱਥੇ ਸਿੱਖਡੇ ਪਰੇਡ ਤੇ ਮੈਂ ਵੇਖਿਆ ਬਹੁਤ ਸਾਰੇ ਬੈਨਰਸ ਲੋਕੀ ਕੈਰੀ ਕਰ ਰਹੇ ਸੀ ਰਿਫਰੈਂਡਮ ਬਾਈ 2020 ਉਹਦਾ ਕੀ ਬੈਕਗ੍ਰਾਉਂਡ ਆ ਸਮਝੋ ਸਭ ਇਹ ਇਹ ਚੀਜ਼ਾਂ ਚੱਲੀ ਜਾ ਰਹੀਆਂ ਹਨ ਪਰ ਜਿਹੜੇ 2020 ਦੇ ਵਿੱਚ ਰਿਫਰੈਂਡਮ ਕਰਨਾ ਚਾਹੁੰਦੇ ਆ ਉਹ ਮੈਨੂੰ ਦੱਸਣ ਕੀ ਰੈਫਰੈਂਡਮ ਤਾਂ ਇੱਕ ਕੰਟਰੀ ਆਪਣੀ ਕੰਟਰੀ ਚ ਕਰਵੰਦੀ ਹੈ ਜਿਵੇਂ ਬ੍ਰਿਟਾਨੀਆ ਦੀ ਸਰਕਾਰ ਨੇ ਪਿਛਲੇ ਸਾਲ ਸਕਾਟਲੈਂਡ ਦੇ ਵਿੱਚ ਕਰਵਾਇਆ ਸੀਗਾ ਕਿ ਜਿਹੜੇ ਰੈਫਰੈਂਡਮ ਤੇ ਬੈਨਸ ਲੱਗੀ ਹੈ ਇਹ ਜਸਟਿਸ ਪਾਰਟੀ ਜਿਹੜੀ ਹੈਗੀ ਹੈ 6 ਫੋਰ ਜਸਟਿਸ ਉਹ ਇੰਡੀਆ ਦੇ ਨਾਲ ਮਿਲ ਕੇ ਰੈਫਰੈਂਡਮ ਕਰਾ ਸਕਦੇ ਆ ਇਸ ਤਰ੍ਹਾਂ ਲੋਕਾਂ ਨੂੰ ਗੁੰਮਰਾ ਕਰਨਾ ਦੂਸਰੀ ਜਿਹੜੀ 6 ਫੋਰ ਜਸਟਿਸ ਨੇ ਦੀ ਮੰਗ ਕਰ ਰਹੀ ਹੈ ਰੈਫਰੈਂਡਮ 2020 ਤੱਕ ਉਹਦੇ ਕੋਦੇ ਹੱਕ ਦੇ ਵਿੱਚ ਨਹੀਂ ਜੇ ਮੈਨੂੰ ਹੱਕ ਚ ਪਰ ਹੋ ਹੀ ਨਹੀਂ ਸਕਦਾ ਲੀਗਲੀ ਐਂਡ ਕਨਸਟੀਟਿਊਸ਼ਨਰਲੀ ਇਥੇ ਨਾਲ ਹੀ ਮੈਂ ਇੱਕ ਵੀਡੀਓ ਇਹ ਵੀ ਚਲਾਉਣਾ ਚਾਹੂੰਗੀ ਜਿਹਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਜਿਹਨੂੰ ਭਾਰਤ ਦੇ ਵਿੱਚੋਂ ਭਾਰਤ ਸਰਕਾਰ ਵੱਲੋਂ ਟੈਰਰਿਸਟ ਆਰਗੇਨਾਈਜੇਸ਼ਨ ਔਰ ਟੈਰਰਿਸਟ ਕੋਸ਼ਿਸ਼ ਕੀਤਾ ਗਿਆ ਆ ਉਹਦੀ ਉਹਦੀ ਸਿਕਸ ਫੋਰ ਜਸਟਿਸ ਜਿਹੜੀ ਔਰ ਟੈਰਰਿਸਟ ਆਰਗੇਨਾਈਜੇਸ਼ਨ ਆ ਉਹਦਾ ਇੱਕ ਬਿਆਨ ਜਿਹੜਾ ਉਹ ਵੀ ਸੁਣਨਾ ਬਹੁਤ ਜ਼ਰੂਰੀ ਆ ਜਿੱਥੇ ਉਹ ਕਹਿ ਰਿਹਾ ਕਿ ਜਿਹੜਾ ਪੂਰਾ ਰੋਡ ਮੈਪ ਰੈਫਰੈਂਡਮ ਦੇ ਲਈ ਬਣਾਇਆ ਆ ਸਿਕਸ ਫੋਰ ਜਸਟਿਸ ਨੇ ਉਹਦੇ ਵਿੱਚ ਦਲ ਖਾਲਸਾ ਦੇ ਬੰਦੇ ਵੀ ਸ਼ਾਮਿਲ ਸੀ ਔਰ ਸਿਮਰਨਜੀਤ ਸਿੰਘ ਮਾਨ ਦੇ ਬੰਦੇ ਵੀ ਸ਼ਾਮਿਲ ਸੀ ਸਿਮਰਨਜੀਤ ਸਿੰਘ ਮਾਨ ਨੇ ਕਦੀ ਵੀ ਰੈਫਰੈਂਡਮ ਦੀ ਖੁੱਲ ਕੇ ਸਪੋਰਟ ਨਹੀਂ ਕੀਤੀ ਅੰਟਿਲ ਲੇਟਲੀ ਪਹਿਲਾਂ ਇਸ ਸਿਕਸ ਫੋਰ ਜਸਟਿਸ ਦੇ ਗੁਰਪਤਵੰਨ ਸਿੰਘ ਪੰਨੂ ਦਾ ਬਿਆਨ ਸੁਣਨਾ ਜ਼ਰੂਰੀ ਹੈ। ਤਗ ਰਹਿਆ ਉਹਨਾਂ ਦੇ ਨੁਮਾਇੰਦੇ ਸਾਡੇ ਨਾਲ 2017 ਦੇ ਵਿੱਚ ਗੁਰਦੁਆਰੇ ਦੇ ਵਿੱਚ ਬੈਠ ਕੇ ਲਿਖ ਚੁੱਕੇ ਆ, ਅਰਦਾਸ ਕਰ ਚੁੱਕੇ ਆ। ਸਿਮਰਜੀਤ ਸਿੰਘ ਮਾਨ ਨੂੰ ਪੁੱਛ ਲਓ, ਉਹਦੇ ਨੁਮਾਇੰਦੇ ਨੂੰ ਪੁੱਛ ਲਓ, ਗੱਲ ਖਾਲਸਾ ਨੂੰ ਪੁੱਛ ਲਓ। 2017 ਦੇ ਵਿੱਚ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਨਾਲ ਬੈਠ ਕੇ ਅਰਦਾਸ ਕਰਕੇ ਉੱਠੇ ਆ ਕਿ ਕਿਹੜਾ-ਕਿਹੜਾ ਪ੍ਰੋਗਰਾਮ ਕਿੱਦਾਂ ਚਲਾਇਆ ਜਾਊਗਾ। ਕਿਹੜੀ ਅਰਦਾਸ ਦੇ ਉੱਤੇ ਬੈਠੇ ਆ ਉਹਨਾਂ ਨੂੰ ਸਵਾਲ ਤੁਸੀਂ ਪੁੱਛ ਲਿਓ। ਪਰ ਕੁਝ ਦਿਨ ਪਹਿਲਾਂ ਹੀ ਸਿਮਰਨਜੀਤ ਸਿੰਘ ਮਾਨ ਦਾ ਇੱਕ ਬਿਆਨ ਆਉਂਦਾ ਜਿਹੜਾ ਰਿਫਰੈਂਡਮ ਦੇ ਹੱਕ ਦੇ ਵਿੱਚ ਆਉਂਦਾ ਆਪਣੀ ਪੇਜ ਤੋਂ ਲਾਈਵ ਹੋ ਕੇ ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਕਿ ਜਿਹੜਾ ਰਿਫਰੈਂਡਮ ਹੈ ਇਹਦੇ ਵਿੱਚ ਇੱਕ ਕਾਮਯਾਬੀ ਹੈ ਸਿੱਖਾਂ ਦੀ ਕਿ ਜਿਹੜਾ ਖਾਲਿਸਤਾਨ ਸੰਘਰਸ਼ ਹੈ ਉਹ ਪਹਿਲਾਂ ਆਪਣੀਆਂ ਹੋਮ ਮਿਨਿਸਟਰੀ ਡਿਫੈਂਸ ਮਿਨਿਸਟਰੀ ਉਸ ਤੋਂ ਬਾਅਦ ਅੱਜ ਫੋਰਨ ਮਿਨਿਸਟਰੀ ਤੱਕ ਪਹੁੰਚ ਚੁੱਕਾ ਔਰ ਉਹਦੇ ਲਈ ਵਧਾਈਆਂ ਆ ਸਾਰੇ ਸਾਰਿਆਂ ਨੂੰ ਸਾਰਿਆਂ ਨੂੰ ਇਟ ਮੀਨਸ ਕਿ ਜਿਹੜੀ 64 ਜਸਟਿਸ ਹੈ ਉਹਨੂੰ ਵਧਾਈਆਂ ਸਭ ਤੋਂ ਪਹਿਲਾਂ ਜਿਨੇ ਇਹ ਸਾਰਾ ਕੰਮ ਜਿਹੜਾ ਇੰਨੇ ਸਾਲਾਂ ਤੋਂ ਆਰਗੇਨਾਈਜ਼ ਕੀਤਾ ਆ ਉਹਨਾਂ ਨੇ ਕਿਹਾ ਕਿ ਜਿਹੜਾ ਜੈ ਸ਼ੰਕਰ ਆਪਣੇ ਆਪਣੇ ਭਾਰਤ ਦੇ ਫੋਰਨ ਮਨਿਸਟਰ ਆ ਉਹਨਾਂ ਵੱਲੋਂ ਕੈਨੇਡਾ ਦੇ ਵਿੱਚ ਹੋ ਰਿਹਾ ਰੀਫਰੈਂਡਮ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸੀ ਸੋ ਉਹਨਾਂ ਨੇ ਰੀਫਰੈਂਡਮ ਨੂੰ ਹਾਈਲੀ ਡੈਮੋਕਰੈਟਿਕ ਦੱਸਿਆ ਸੋ ਹੁਣ ਇੱਥੇ ਜਿਹੜਾ ਸਿਮਰਨਜੀਤ ਸਿੰਘ ਮਾਨ ਦੇ ਬਿਆਨਾਂ 'ਚ ਬਦਲਾਅ ਆਇਆ ਇਹ ਬਦਲਾਅ ਆਪਾਂ ਨੂੰ ਦਿਖਾਉਂਦਾ ਹੈ ਕਿ ਕਿੰਨਾ ਪ੍ਰੈਸ਼ਰ ਵੋਟਾਂ ਦੇ ਲਈ ਸਿਮਰਨਜੀਤ ਸਿੰਘ ਮਾਨ ਦੇ ਉੱਪਰ ਹੈਗਾ 2024 ਕੋਈ ਖਾਸਾ ਦੂਰ ਨਹੀਂ ਰਹਿ ਗਿਆ 2 ਮਹੀਨੇ ਰਹਿ ਗਏ ਨਵੰਬਰ ਐਂਡ ਡਿਸੰਬਰ ਫਿਰ ਨਵਾਂ ਸਾਲ 2023 ਆ ਜਾਏਗਾ ਉਹ ਸਿਰਫ ਇੱਕ ਸਾਲ ਹੋਏਗਾ ਜਿਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਆਪਣੀ ਜਿੱਤ ਨੂੰ ਦੁਬਾਰਾ ਯਕੀਨੀ ਬਣਾਉਣਾ ਹੀ ਪਵੇਗਾ ਨਹੀਂ ਤਾਂ ਉਹਨਾਂ ਦੀ ਇਹ ਵਾਲੀ ਜਿੱਤ ਵੀ ਕਿਸੇ ਇਤਿਹਾਸ ਦੇ ਖਾਨੇ ਦੇ ਵਿੱਚ ਨਜ਼ਰ ਨਜ਼ਰਬੰਦ ਨਹੀਂ ਹੋਊਗੀ ਕਿਉਂਕਿ ਕਿਉਂਕਿ ਇਹ ਸਿਰਫ ਇਦਾਂ ਲੱਗਦਾ ਵੀ ਇੱਕ ਤੁੱਕਾ ਹੀ ਲੱਗਿਆ ਸੀ ਹੁਣ ਸਿਮਰਨਜੀਤ ਸਿੰਘ ਮਾਨ ਆਪਣੀ سپورਟ 6 ਫਾਰ ਜਸਟਿਸ ਔਰ ਰੀਫਰੈਂਡਮ ਜੋ ਕੈਨੇਡਾ ਚ ਹੋ ਰਿਹਾ ਗੁਰਪਤਵੰਤ ਪੰਨੂ ਦੇ ਨਾਲ ਲੈ ਕੇ ਆ ਰਹੇ ਨੇ ਮੇਬੀ ਮਜਬੂਰੀਆਂ ਹੋ ਸਕਦੀਆਂ ਨੇ ਪਰ 6 ਫਾਰ ਜਸਟਿਸ ਦਾ ਕਹਿਣਾ ਇਹ ਹੈ ਕਿ ਜੋ ਵੀ ਉਹਨਾਂ ਨੇ ਰੋਡਮੈਪ ਬਣਾਇਆ ਉਹ ਸਿਮਰਨਜੀਤ ਸਿੰਘ ਮਾਨ ਦੇ ਬੰਦਿਆਂ ਦੇ ਨਾਲ ਸਲਾਹ ਕਰਕੇ ਹੀ ਬਣਾਇਆ ਗਿਆ ਕਿ ਗੁਰਦੁਆਰੇ ਦੇ ਵਿੱਚ ਬਹਿ ਕੇ ਇਹ ਵੀ ਹੋ ਸਕਦਾ ਸਿਮਰਨਜੀਤ ਸਿੰਘ ਮਾਨ ਉੱਥੇ ਝੂਠ ਤੱਥ ਪੇਸ਼ ਕਰ ਰਹੇ ਹੁਣ ਝੂਠ ਬੋਲ ਰਹੇ ਹੁਣ ਪਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਰੈਫਰੈਂਡਮ ਦਾ ਪੁਰਜ਼ੋਰ ਵਿਰੋਧ ਪਿਛਲੇ ਸਾਲਾਂ ਦੇ ਵਿੱਚ ਕੀਤਾ ਹੈ ਪਹਿਲੀ ਵਾਰ ਹੋਇਆ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਉਸ ਰੈਫਰੈਂਡਮ ਦੀ ਸਪੋਰਟ ਦੇ ਵਿੱਚ ਆਏ ਨੇ ਅੱਜ ਦੇ ਸਮੇਂ ਦੇ ਵਿੱਚ ਚੱਲ ਰਹੀਆਂ ਖਾਲਿਸਤਾਨ ਗਤੀਵਿਧੀਆਂ ਨੂੰ ਇੱਕ ਮੂਵਮੈਂਟ ਦਾ ਨਾਮ ਆਪਾਂ ਦੇ ਸਕਦੇ ਹਾਂ ਕਿ ਨਹੀਂ ਦੇ ਸਕਦੇ ਇਹ ਸ਼્યોਰ ਨਹੀਂ ਹੈਗਾ ਉਧਰ ਦੀਆਂ ਕੰਡੀਸ਼ਨਸ ਉਹ ਚੀਜ਼ਾਂ ਨਹੀਂ ਹੈਗੀਆਂ ਪਰ ਹਾਂ ਇਹਦੇ ਵਿੱਚ ਦੋ ਚੀਜ਼ਾਂ ਹੈਗੀਆਂ ਦੋ ਪੋਸਿਬਿਲਟੀ ਹੈ ਜਾਂ ਤਾਂ ਇਹ ਦੁਕਾਨਦਾਰੀਆਂ ਚੱਲ ਰਹੀਆਂ ਨੇ ਗੁਰਪਤਵੰਤ ਪੰਨੂ ਦੀਆਂ ਵੀ ਸਿਮਰਨਜੀਤ ਸਿੰਘ ਮਾਹ ਦੀਆਂ ਅੰਮ੍ਰਿਤਪਾਲ ਦੀਆਂ ਵੀ ਜਾਂ ਫਿਰ ਇਹਨਾਂ ਦੀਆਂ ਜਿਹੜੀਆਂ ਪਿਓਰ ਇੰਟੈਂਸ਼ਨਸ ਆ ਜਿਹੜੀਆਂ ਓਨੈਸਟ ਇੰਟੈਂਸ਼ਨਸ ਆ ਉਹ ਹਜੇ ਨਿਕਲ ਕੇ ਸਾਹਮਣੇ ਨਹੀਂ ਆਈਆਂ ਪਰ ਐਕਟੀਵਿਟੀਜ਼ ਆ ਸਰਟਨਲੀ देयर ਫਰੋਮ ਗੁਰਪਤਵੰਤ ਪੰਨੂ ਸਿਮਰਨਜੀਤ ਮਾਨ ਐਂਡ ਅੰਮ੍ਰਿਤਪਾਲ ਵੱਲੋਂ ਇਹਦਾ ਅੱਗੇ ਜਾ ਕੇ ਫਿਊਚਰ ਦੇ ਵਿੱਚ ਕੀ ਇੰਪੈਕਟ ਪਾਏਗਾ ਉਹਦੇ ਲਈ ਮੇਰਾ ਨਿੱਜੀ ਤੌਰ ਤੇ ਮੰਨਣਾ ਇਹੀ ਸੀਗਾ ਜੋ ਮੈਂ ਹੁਣ ਦੱਸਿਆ ਕਿ ਮੈਨੂੰ ਲੱਗਦਾ ਹੈ ਕਿ ਗੁਰਪਤਵੰਤ ਪੰਨੂ ਐ ਸਿਮਰਨਜੀਤ ਮਾਨ ਦੀ ਪੋਪੂਲੈਰਿਟੀ ਨੂੰ ਟੈਕਲ ਕਰਨ ਦੇ ਲਈ ਇੱਕ ਵਿਰੋਧ ਦੇ ਵਿੱਚ ਫਿਗਰ ਅਮ੍ਰਿਤਪਾਲ ਨੂੰ ਉਭਾਰਿਆ ਜਾ ਰਿਹਾ ਜਾ ਰਿਹਾ ਜੇਦੀ ਅਪਰੋਚ ਜਿਹੜੀ ਪਹੁੰਚ ਇਹਨਾਂ ਦੋਨਾਂ ਦੇ ਨਾਲੋਂ ਬਿਲਕੁਲ ਹੀ ਡਿਫਰੈਂਟ ਹੈ ਭਾਰਤ ਦੇ ਵਿੱਚ ਵਸਦੇ ਸਿੱਖਾਂ ਦੇ ਪੱਖ ਤੋਂ ਦੇਖੀਏ ਤਾਂ ਜੋ ਵੀ ਖਾਲਿਸਤਾਨੀ ਐਕਟੀਵਿਟੀਆਂ ਹੋ ਰਹੀਆਂ ਨੇ ਜਾਂ ਦੁਕਾਨਦਾਰੀਆਂ ਚੱਲ ਰਹੀਆਂ ਨੇ ਇਹਦਾ ਫਾਇਦਾ ਘੱਟ ਹੈ ਇਹਦਾ ਨੁਕਸਾਨ ਭਾਰਤੀ ਸਿੱਖਾਂ ਨੂੰ ਰਾਦਰ ਡਾਇਸਪੋਰਾ ਦੇ ਸਿੱਖਾਂ ਨੂੰ ਜ਼ਿਆਦਾ ਹੈ ਅੱਗੇ ਦੇਖਣਾ ਪਵੇਗਾ ਇਹਦੇ ਵਿੱਚੋਂ ਕੀ ਆਊਟਕਮਸ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਸੋ 80ਵੇਂ ਔਰ 90ਵੇਂ ਦੇ ਬਲੱਡੀ ਦਹਾਕੇ ਦੇ ਵਿੱਚ ਜੋ ਖਾਲਿਸਤਾਨ ਮੂਵਮੈਂਟ ਚੱਲੀ ਆ ਐਕਟੀਵਿਟੀਆਂ ਹੋਈਆਂ ਆ ਜਿਹਦੇ ਵਿੱਚ ਐਥਨਿਕ ਰਿਲੀਜੀਅਸ ਐਂਡ ਪੋਲੀਟੀਕਲ ਇੱਕ ਬਹੁਤ ਕਨਫਲਿਕਟ ਐਂਡ ਵਾਇਲੈਂਸ ਸਾਹਮਣੇ ਆਈ ਹੈ ਉਹਦੇ ਤੋਂ ਬਾਅਦ ਅੱਜ ਇੱਕ ਨਵੇਂ ਤਰ੍ਹਾਂ ਦਾ ਉਸੇ ਹੀ ਕਨਸੈਪਟ ਦੇ ਵਿੱਚ ਇੱਕ ਮੂਵਮੈਂਟ ਐਕਟੀਵਿਟੀਆਂ ਜਿਹੜੀਆਂ ਅੱਗੇ ਵੱਧ ਰਹੀਆਂ ਨੇ ਇਹਦੇ ਵਿੱਚ ਦੇਖਣਾ ਹੋਏਗਾ ਕਿ ਕਿਹੜੇ ਲੈਸਨ ਇਹਨੇ ਪੁਰਾਣੀਆਂ ਗਲਤੀਆਂ ਤੋਂ ਸਿੱਖੇ ਨੇ ਔਰ ਕਿਹੜੀ ਦਿਸ਼ਾ ਔਰ ਕਿਹੜੀ ਰੂਪਰੇਖਾ ਦੇ ਨਾਲ ਇਹ ਅੱਗੇ ਵਾਦਰੀਆ ਜੀ ਸੋ ਇਹ ਸੀ ਮੇਰੀ ਇੱਕ ਐਫਰਟ ਤੁਹਾਡੇ ਸਾਹਮਣੇ ਇਸ ਇਨਫੋਰਮੇਸ਼ਨ ਨੂੰ ਲੈ ਕੇ ਆਉਣ ਦੀ ਔਰ ਮੈਂ ਉਮੀਦ ਕਰਦੀ ਹਾਂ ਕਿ ਕਈਆਂ ਦੀ ਸਹਿਮਤੀ ਹੋਊਗੀ ਮੇਰੇ ਨਾਲ ਔਰ ਕਈਆਂ ਦੀ ਅਸਹਿਮਤੀ ਹੋਊਗੀ ਦੋਨਾਂ ਦਾ ਮੋਸਟ ਵੈਲਕਮ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਰੱਖ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗੀ ਕਿ ਕੱਲ ਨੂੰ ਇਸੇ ਟੌਪਿਕ ਨਾਲ ਜੁੜਦੀ ਇੱਕ ਵੀਡੀਓ ਜਿਹਦੇ ਵਿੱਚ ਆਪਾਂ 6 for justice ਦੀਆਂ ਐਕਟੀਵਿਟੀਆਂ ਜਾਂ ਉਹਨਾਂ ਵੱਲੋਂ ਬਣਾਏ ਹੋਏ ਨਕਸ਼ੇ ਨੂੰ ਡਿਸਕਸ ਕਰੀਏ ਲੈ ਕੇ ਆਵਾਂਗੀ ਥੈਂਕ ਯੂ ਸੋ ਮੱਚ ਫॉर ਵਾਚਿੰਗ